ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਨੂੰ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ। ਵੀਡੀਓ ਤੇ ਜਾਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਬੈਲ ਆਈਕਨ ਕਰ ਦਿਓ ਔਨ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚੇ ਤੁਹਾਡੇ ਕੋਲ। PPSC ਵੱਲੋਂ ਅੱਜ ਭਰਤੀ ਸੰਬੰਧੀ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਹਨਾਂ ਦੀ ਅਫੀਸ਼ੀਅਲ ਵੈਬਸਾਈਟ PPSC.gov.in ਦੇ ਉੱਤੇ ਐਡਵਰਟਾਈਜ਼ਮੈਂਟ ਨੰਬਰ 11 ਦੋਸਤੋ, ਜਿਹਦੇ ਵਿੱਚ 81 ਪੋਸਟਾਂ ਜੂਨੀਅਰ ਇੰਜੀਨੀਅਰ ਸਿਵਲ ਦੇ ਲਈ ਜਾਰੀ ਕੀਤੀਆਂ ਗਈਆਂ, 4 ਪੋਸਟਾਂ ਜੂਨੀਅਰ ਇੰਜੀਨੀਅਰ ਮਕੈਨੀਕਲ ਔਰ ਇਲੈਕਟ੍ਰੀਕਲ ਦੇ ਵਿੱਚ ਲਈ ਜਾਰੀ ਕੀਤੀਆਂ ਗਈਆਂ ਅਤੇ ਰੱਖਣੇ ਦੋਸਤੋ ਡਿਪਾਰਟਮੈਂਟ ਆਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਦੇ ਵਿੱਚ। ਅਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਭਰਤੀ ਆ ਜਿਹੜੀ ਨਵੰਬਰ 2020 ਦੇ ਵਿੱਚ ਵੀ ਪਹਿਲਾਂ ਆਈ ਸੀ, ਸੇਮ ਪੋਸਟਾਂ ਸੀਗੀਆਂ, ਜੇਈ ਦੇ ਲਈ ਹੀ ਭਰਤੀ ਸੀ ਉਹ, ਅਤੇ 18 ਦਸੰਬਰ ਤੱਕ ਤੁਸੀਂ ਅਪਲਾਈ ਕਰਨਾ ਸੀਗਾ ਉਹਨਾਂ ਲਈ। ਬਟ ਹੁਣ ਇਹਨਾਂ ਨੇ ਉਸ ਭਰਤੀ ਦੇ ਵਿੱਚ ਹੀ ਕੁਝ ਸੋਧਾਂ ਕਰਕੇ ਇਹ ਭਰਤੀ ਦੁਬਾਰਾ ਜਾਰੀ ਕਰ ਦਿੱਤੀ ਗਈ ਹੈ। ਅਤੇ ਇਹਦੇ ਵਿੱਚ ਕੀ ਸੋਧਾਂ ਨੇ ਮੈਂ ਤੁਹਾਨੂੰ ਨੋਟ ਕਰਵਾ ਦਿੰਦਾ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਪਹਿਲਾਂ ਵੁਮਨ ਦੇ ਲਈ ਰਿਜ਼ਰਵੇਸ਼ਨ ਨਹੀਂ ਸੀ, ਇਸ ਵਾਰ ਇਹਨਾਂ ਨੇ ਵੁਮਨ ਨੂੰ ਰਿਜ਼ਰਵੇਸ਼ਨ ਦਿੱਤੀ ਹੈ, ਜੋ ਵੀ 33% ਰਿਜ਼ਰਵੇਸ਼ਨ ਮਿਲਦੀ ਹੈ ਵੁਮਨ ਕੈਂਡੀਡੇਟਸ ਦੇ ਲਈ। ਅਤੇ ਇੱਕ ਤਾਂ ਉਹ ਇਹਨਾਂ ਨੇ ਵਿੱਚ ਇਹਦੇ ਐਡ ਕੀਤਾ ਸਿਸਟਮ, ਅਤੇ ਸੈਕਿੰਡ ਦੋਸਤੋ ਇਹਨਾਂ ਨੇ ਪੋਸਟਾਂ ਦੀ ਜੋ ਵੀ ਕੈਟੇਗਰਾਈਜੇਸ਼ਨ ਹੈ ਉਹ ਤੁਸੀਂ ਦੇਖ ਲੈਣੀ ਹੈ ਇੱਥੇ, ਅਤੇ 33% ਵੁਮੈਨ ਦੇ ਲਈ ਜੋ ਰਿਜ਼ਰਵ ਹੋ ਜਾਂਦੀਆਂ ਨੇ, ਉਸ ਤੋਂ ਬਾਅਦ ਕਿੰਨੀਆਂ ਪੋਸਟਾਂ ਬਚਦੀਆਂ ਨੇ ਉਹ ਤੁਸੀਂ ਇੱਥੇ ਦੇਖ ਲੈਣੀਆਂ ਨੇ ਆਪਣੀ ਕੈਟੇਗਰੀ ਦੇ ਅਕੋਰਡਿੰਗ, ਜੋ ਵੀ ਕੈਟੇਗਰੀ ਨੂੰ ਤੁਸੀਂ ਬਿਲੋਂਗ ਕਰਦੇ ਹੋ ਅਤੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ। ਅਤੇ ਇਸ ਤੋਂ ਬਾਅਦ ਜੇਕਰ ਤੁਸੀਂ ਪਹਿਲਾਂ ਵੀ ਅਪਲਾਈ ਕਰ ਚੁੱਕੇ ਤਾਂ ਇੱਥੇ ਤੁਸੀਂ ਕੈਟੇਗਰੀ ਆਪਣੀ ਚੈੱਕ ਕਰ ਲੈਣੀ ਹੈ। ਅਤੇ ਇਸ ਤੋਂ ਬਾਅਦ ਦੋਸਤੋ ਇੱਕ ਪੁਆਇੰਟ ਨੇ ਹੋਰ ਦੱਸਿਆ ਕਿ ਇਹਦੇ ਵਿੱਚ ਜੋ ਵੀ ਜਨਰਲ ਇਨਫੋਰਮੇਸ਼ਨ ਦੱਸੀ ਗਈ ਸੀਗੀ 26/11/20 ਨੂੰ, ਠੀਕ ਹੈ ਜੀ, ਉਹਦੇ ਵਿੱਚ ਕਲੋਸ ਸੀਗਾ ਇੱਕ ਨੈਗੇਟਿਵ ਮਾਰਕਿੰਗ ਦੇ ਸੰਬੰਧੀ, ਅਤੇ ਉਹ ਵੀ ਇਹਨਾਂ ਨੇ ਅਪਡੇਟ ਕਰ ਦਿੱਤਾ ਇਸ ਵਾਰ ਨੈਗੇਟਿਵ ਮਾਰਕਿੰਗ ਦੇ ਸੰਬੰਧੀ, ਠੀਕ ਹੈ ਜੀ, ਅਤੇ ਇਹ ਵੀ ਨਵਾਂ ਜਿਹੜਾ ਤੁਹਾਨੂੰ ਚੈੱਕ ਕਰਵਾਵਾਂਗੇ। ਅਤੇ ਉਸ ਤੋਂ ਬਾਅਦ ਦੋਸਤੋ ਜਿਹੜੇ ਵੀ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ, ਜਿਹੜੇ ਐਲੀਜੀਬਲ ਆ ਉਹ ਅਪਲਾਈ ਕਰ ਸਕਦੇ ਆ, ਠੀਕ ਆ ਜੀ। ਅਪਲਾਈ ਕਰਨ ਦੀ ਜਿਹੜੀ ਲਾਸਟ ਡੇਟ ਇਹਨਾਂ ਵੱਲੋਂ 18/3/2021 ਦੱਸੀ ਗਈ ਆ, ਅਤੇ ਫੀਸ ਭਰਨ ਦੀ ਡੇਟ 25/3/21 ਦੱਸੀ ਗਈ ਆ। ਅਤੇ ਹੁਣ ਜਿਹੜੇ ਨਵੇਂ ਕੈਂਡੀਡੇਟ ਆ ਜਿਨ੍ਹਾਂ ਕੋਲ ਜਿਨ੍ਹਾਂ ਨੂੰ ਇਹ ਭਰਤੀ ਦਾ ਨਹੀਂ ਪਤਾ ਲੱਗਿਆ ਸੀ, ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਦੁਬਾਰਾ ਕਿ ਇਹਨਾਂ ਵਿੱਚ ਪੋਸਟਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਹੀ ਦਿੱਤੀਆਂ 81 ਸਿਵਲ ਦੀਆਂ, ਅਤੇ 4 ਪੋਸਟਾਂ ਜਿਹੜੀਆਂ ਮਕੈਨੀਕਲ ਜਾਂ ਇਲੈਕਟ੍ਰੀਕਲ ਦੀਆਂ, ਜਿਹਦੇ ਵਿੱਚ ESM 1 ਹੈ ਜੀ, PWD 1, ਸ਼ਡਿਊਲ ਕਾਸਟ 1 ਅਤੇ ਬਾਲਮੀਕੀ 1। ਅਪਲਾਈ ਜਨਰਲ ਕੈਟੇਗਰੀ ਵਾਲਾ ਵੀ ਕਰ ਸਕਦਾ, ਕੋਈ ਦਿੱਕਤ ਨਹੀਂ, ਠੀਕ ਹੈ ਜੀ। ਅਤੇ ਇਹਦੇ ਵਿੱਚ ਉਸ ਤੋਂ ਬਾਅਦ ਪੇ ਸਕੇਲ ਆ ਜਿਹੜਾ 35,400 ਮਿਲਣਾ ਤੁਹਾਨੂੰ ਇਨੀਸ਼ੀਅਲ ਪੇ, ਜੋ ਵੀ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਨੇ। ਅਤੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ, ਸਭ ਤੋਂ ਮੇਨ ਪੁਆਇੰਟ ਜੂਨੀਅਰ ਇੰਜੀਨੀਅਰ ਸਿਵਲ ਦੇ ਲਈ, ਜਾਂ ਤਾਂ ਤੁਸੀਂ ਡਿਪਲੋਮਾ ਕੀਤਾ ਹੋਵੇ ਸਿਵਲ ਇੰਜੀਨੀਅਰਿੰਗ ਦੇ ਵਿੱਚ, ਜਾਂ ਫਿਰ ਕੋਈ ਹਾਇਰ ਕੁਆਲੀਫਿਕੇਸ਼ਨ ਹੋਵੇ ਤੁਹਾਡੇ ਕੋਲ ਇਸੇ ਹੀ ਫੀਲਡ ਦੇ ਵਿੱਚ, ਭਾਵ ਕਿ ਜੇਕਰ ਤੁਸੀਂ ਸਿਵਲ ਦੇ ਵਿੱਚ ਬੀਟੈਕ ਵਗੈਰਾ ਕੀਤੀ ਹੈ ਤਾਂ ਵੀ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ ਜੂਨੀਅਰ ਇੰਜੀਨੀਅਰ ਮਕੈਨੀਕਲ ਇਲੈਕਟ੍ਰੀਕਲ ਦੇ ਲਈ ਵੀ ਸੇਮ ਸ਼ਰਤਾਂ ਨੇ, ਜਾਂ ਤਾਂ ਤੁਸੀਂ ਡਿਪਲੋਮਾ ਕੀਤਾ ਹੋਵੇ ਮਕੈਨੀਕਲ ਜਾਂ ਇਲੈਕਟ੍ਰੀਕਲ ਦੇ ਵਿੱਚ, ਜਾਂ ਫਿਰ ਤੁਸੀਂ ਕੋਈ ਹਾਇਰ ਡਿਗਰੀ ਕੀਤੀ ਹੋਵੇ। ਜੇਕਰ ਤੁਸੀਂ ਡਿਪਲੋਮਾ ਨਹੀਂ ਕੀਤਾ, ਤੁਸੀਂ ਕੋਈ ਟੈਸਟ ਵਗੈਰਾ ਦੇ ਥਰੂ ਡਾਇਰੈਕਟ ਤੁਸੀਂ ਬੀਟੈਕ ਦੇ ਵਿੱਚ ਆਏ ਹੋ, ਤਾਂ ਤੁਸੀਂ ਉਹਦੇ ਲਈ ਵੀ ਅਪਲਾਈ ਕਰ ਸਕਦੇ ਹੋ, ਜੇਕਰ ਤੁਸੀਂ ਬੀਟੈਕ ਕੀਤੀ ਹੈ ਮਕੈਨੀਕਲ ਜਾਂ ਇਲੈਕਟ੍ਰੀਕਲ ਦੇ ਵਿੱਚ, ਠੀਕ ਹੈ ਜੀ। ਅਤੇ ਅੱਗੇ ਦੋਸਤੋ ਪੰਜਾਬੀ ਜ਼ਰੂਰ ਪਾਸ ਕੀਤੀ ਹੋਵੇ 10ਵੀਂ ਦੇ ਵਿੱਚ, ਏਜ ਆ ਜਿਹੜੀ ਤੁਹਾਡੀ 1/1/2020 ਦੇ ਅਨੁਸਾਰ 18 ਤੋਂ 37 ਸਾਲ ਤੁਹਾਡੀ ਏਜ ਹੋਣੀ ਚਾਹੀਦੀ ਆ। ਅਤੇ ਇਸ ਤੋਂ ਬਾਅਦ ਇਹਦੇ ਲਈ ਜਿਹੜਾ ਐਗਜ਼ਾਮ ਹੋਣਾ, ਇਹਨਾਂ ਨੇ ਟੈਂਟੇਟਿਵ ਡੇਟ ਦਿੱਤੀ ਅਪ੍ਰੈਲ ਐਂਡ 2021 ਤੱਕ, ਅਤੇ ਇਹਦੇ ਲਈ 300 ਮਾਰਕਸ ਦਾ ਐਗਜ਼ਾਮ ਹੋਣਾ ਜੀ। ਅਤੇ ਪੈਟਰਨ ਵੀ ਦਿੱਤਾ ਗਿਆ, ਠੀਕ ਹੈ ਜੀ, 100 ਕੁਸ਼ਚਨ ਤੁਹਾਡਾ ਸਬਜੈਕਟ ਰਿਲੇਟਡ ਆਉਣਾ, ਅਤੇ 20 ਕੁਸ਼ਚਨ ਤੁਹਾਡੇ ਲੋਜੀਕਲ ਰੀਜਨਿੰਗ, ਮੈਂਟਲ ਐਬਿਲਿਟੀ, ਜਨਰਲ ਨੌਲੇਜ ਇਹਦੇ ਵਿੱਚ ਆਉਣੇ ਆ। 2.5 ਮਾਰਕਸ ਦਾ ਇੱਕ ਕੁਸ਼ਚਨ ਹੋਏਗਾ, 2 ਘੰਟੇ ਦੀ ਤੁਹਾਨੂੰ ਟਾਈਮਿੰਗ ਮਿਲੇਗੀ, ਠੀਕ ਹੈ ਜੀ, 120 ਕੁਸ਼ਚਨ ਤੁਹਾਨੂੰ ਟੋਟਲ ਮਿਲਣਗੇ। ਅਤੇ ਹੁਣ ਇਹਨਾਂ ਨੇ ਜਿਹੜਾ ਨਵਾਂ ਨੈਗੇਟਿਵ ਮਾਰਕਿੰਗ ਸੰਬੰਧੀ ਜਾਰੀ ਕੀਤਾ, ਉਹ ਕੀਤਾ ਜੀ ਕਿ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਹੋਏਗੀ, 0.5 ਮਾਰਕਸ ਤੁਹਾਡੇ ਕੱਟੇ ਜਾਣਗੇ ਈਚ ਕੁਸ਼ਚਨ ਜਿਹੜਾ ਤੁਹਾਡਾ ਗਲਤ ਹੋਏਗਾ, ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਦੋਸਤੋ ਕੋਈ ਵੀ ਇੰਟਰਵਿਊ ਨਹੀਂ ਇਹਨਾਂ ਪੋਸਟਾਂ ਦੀ, ਡਾਇਰੈਕਟ ਤੁਹਾਡੀ ਮੈਰਿਟ ਬੇਸ 'ਤੇ ਸਿਲੈਕਸ਼ਨ ਹੋਏਗੀ। ਅਤੇ ਅੱਗੇ ਦੋਸਤੋ ਲਾਸਟ ਡੇਟ ਦਾ ਮੈਂ ਤੁਹਾਨੂੰ ਨੋਟ ਕਰਵਾ ਹੀ ਦਿੱਤਾ, 18/3/2021। ਅਤੇ ਫੀਸ ਦਾ ਨੋਟ ਕਰ ਲਓ, ਸ਼ਡਿਊਲ ਕਾਸਟ BC ਕੈਂਡੀਡੇਟ 1125 ਰੁਪਏ, ਐਕਸ ਸਰਵਿਸਮੈਨ 500, ਜਨਰਲ ਕੈਟੇਗਰੀ EWS ਅਤੇ ਇਹਨਾਂ ਲਈ 3,000, ਅਤੇ PWD ਕੈਂਡੀਡੇਟਸ ਲਈ 1750 ਰੁਪਏ, ਠੀਕ ਹੈ ਜੀ।
ਤੇ ਹੁਣ ਜਿਹੜੇ ਕੈਂਡੀਡੇਟ ਪਹਿਲਾਂ ਰਹਿ ਗਏ ਸੀ ਨਹੀਂ ਅਪਲਾਈ ਕਰ ਸਕੇ ਸੀ ਤਾਂ ਉਹ ਅਪਲਾਈ ਕਰ ਸਕਦੇ ਆ। ਇਹਦਾ ਸਿਲੇਬਸ ਵਗੈਰਾ ਵੀ ਇੱਥੇ ਦਿੱਤਾ ਗਿਆ, ਪੂਰੀ ਡਿਟੇਲ ਦੇ ਵਿੱਚ ਸਿਲੇਬਸ ਤੁਸੀਂ ਦੇਖ ਸਕਦੇ ਹੋ, ਅਤੇ ਇਹਨਾਂ ਦੀ ਵੈਬਸਾਈਟ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਦਾਂਗੇ, ਉੱਥੇ ਜਾ ਕੇ ਸਾਰਾ ਚੈੱਕ ਕਰ ਸਕਦੇ ਹੋ। ਕੁਝ ਨਹੀਂ ਪਤਾ ਲੱਗ ਰਿਹਾ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ, ਪੂਰੀ ਸਹਾਇਤਾ ਕਰਾਂਗੇ। ਬਾਕੀ ਜਾਣਕਾਰੀ ਲਈ ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਦੋਸਤ।